ਗਲੀ ਦੇ ਵਿੱਚ ਜਾ ਰਹੀਆਂ ਦੋ ਔਰਤਾਂ ਦੇ ਕੋਲੋਂ ਪਰਸ ਖੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਜਦੋਂ ਇਹਨਾਂ ਔਰਤਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਇਹਨਾਂ ਔਰਤਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਨੇ ਵੀ ਇਹਨਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਜੋ ਲੁੱਟ ਦੀ ਘਟਨਾ ਸੀ ਉਸਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਦੋ ਔਰਤਾਂ ਜਾਂਦੀਆਂ ਨਜ਼ਰ ਆ ਰਹੀਆਂ ਨੇ, ਪਰ ਇੰਨੇ ਦੇ ਵਿੱਚ ਹੀ ਦੋ ਬਾਈਕ ਸਵਾਰ ਪਿੱਛੋਂ ਦੀ ਝਪਟ ਮਾਰ ਆਉਂਦੇ ਨੇ ਤੇ ਔਰਤ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਔਰਤ ਦੇ ਵੱਲੋਂ ਮੌਕੇ ਦੇ ਉੱਤੇ ਸ਼ੋਰ ਵੀ ਪਾਇਆ ਜਾਂਦਾ, ਆਲੇ ਦੁਆਲੇ ਤੋਂ ਲੋਕ ਨਿਕਲਦੇ ਨੇ, ਪਰ ਕਿਹਾ ਜਾ ਰਿਹਾ ਕਿ ਬਾਈਕ ਦੇ ਉੱਤੇ ਆਏ ਝਪਟਮਾਰ ਮੌਕੇ ਤੋਂ ਫਰਾਰ ਹੋ ਗਏ ਨੇ। ਹਾਲਾਂਕਿ ਇਹਨਾਂ ਔਰਤਾਂ ਦੇ ਵੱਲੋਂ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਸ਼ਿਕਾਇਤ ਜ਼ਰੂਰ ਨੋਟ ਕੀਤੀ ਗਈ, ਪਰ ਕਿਹਾ ਜਾ ਰਿਹਾ ਕਿ ਜਦੋਂ ਸੁਵਿਧਾ ਸੈਂਟਰ ਜਾਣ ਦਾ ਸਮਾਂ ਆਇਆ ਤਾਂ ਪੁਲਿਸ ਨੇ ਕਿਹਾ ਕਿ ਉਹ ਉੱਥੇ ਜਾ ਕੇ ਇਹ ਨਾ ਦੱਸਣ ਕਿ ਉਹਨਾਂ ਦਾ ਪਰਸ ਝਪਟਿਆ ਗਿਆ, ਸਗੋਂ ਉੱਥੇ ਜਾ ਕੇ ਕਹਿਣ ਕਿ ਉਹਨਾਂ ਦਾ ਪਰਸ ਅਚਾਨਕ ਹੀ ਗੁੰਮ ਹੋ ਗਿਆ। ਤਾਂ ਦੱਸ ਦਈਏ ਕਿ ਇਸ ਕਾਰਵਾਈ ਨੂੰ ਲੈ ਕੇ ਔਰਤਾਂ ਦੇ ਵੱਲੋਂ ਵੀ ਹੁਣ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਪੁਲਿਸ ਦੇ ਵੱਲੋਂ ਵੀ ਹੁਣ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। 24 ਤਰੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਪਰ ਹਾਲੇ ਤੱਕ ਜੋ ਬਦਮਾਸ਼ ਨੇ ਜੋ ਝਪਟਮਾਰ ਨੇ ਉਹਨਾਂ ਦਾ ਕੋਈ ਵੀ ਪਤਾ ਨਹੀਂ ਚੱਲ ਸਕਿਆ। ਹਾਲਾਂਕਿ ਔਰਤ ਦਾ ਕਹਿਣਾ ਹੈ ਕਿ ਉਸਦੇ ਪਰਸ ਦੇ ਵਿੱਚ ਕਈ ਹਜ਼ਾਰ ਰੁਪਏ ਕੈਸ਼, ਆਈਫੋਨ ਅਤੇ ਇੱਕ ਸੈਮਸੰਗ ਦਾ ਫੋਨ ਜੋ ਹੈ ਉਸ ਪਰਸ ਦੇ ਵਿੱਚ ਮੌਜੂਦ ਸੀ, ਜੋ ਕਿ ਝਪਟਮਾਰ ਖੋ ਕੇ ਫਰਾਰ ਹੋ ਗਏ ਨੇ। ਹਾਲਾਂਕਿ ਜਦੋਂ ਉਹ ਦੁਪਹਿਰ ਦੇ ਸਮੇਂ ਘਰ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਗਲੀ 'ਚ ਉਸਦੇ ਕੋਲੋਂ ਇਹ ਪਰਸ ਖੋਇਆ ਗਿਆ। ਸਾਡੇ ਨਾ 24 ਤਰੀਕ ਨੂੰ ਅਸੀਂ ਇੰਸਟੀਚਿਊਟ ਤੋਂ ਘਰ ਜਾ ਰਹੇ ਸੀਗੇ ਅਤੇ ਦੋ ਬਾਈਕ 'ਤੇ ਮੁੰਡੇ ਆਏ ਸੀਗੇ ਅਤੇ ਉਹਨਾਂ ਨੇ ਸਾਡੇ ਤੋਂ ਪਰਸ ਖੋਹ ਲਿਆ ਅਤੇ ਫਿਰ ਅਸੀਂ ਉੱਧਰ ਨਾਲ ਲੱਗਦੀ ਥਾਣੇ 'ਤੇ ਗਏ। ਉਹਨਾਂ ਨੇ ਸਾਡਾ ਕੁਛ ਲਿਖਿਆ ਤਾਂ ਸੀਗਾ, ਪਰ ਅਗਲੇ ਉਹਨਾਂ ਨੇ ਸਾਨੂੰ ਕਿਹਾ ਸਾਡਾ ਪਰਸ ਤੁਸੀਂ ਨਾ ਅਗਲੇ ਮੇਨ ਚੌਂਕੀ 'ਤੇ ਜਾਏ ਅਤੇ ਉੱਥੇ ਇਹ ਲਿਖਾਇਓ ਕਿ ਤੁਹਾਡਾ ਪਰਸ ਤੁਹਾਡੇ ਤੋਂ ਗੁੰਮ ਹੋ ਗਿਆ, ਕਿਤੇ ਡਿੱਗ ਗਿਆ ਵਾ। ਸੁਵਿਧਾ ਸੈਂਟਰ ਜਾ ਕੇ ਲਿਖਣਾ ਤੁਹਾਡਾ ਪਰਸ ਗੁੰਮ ਗਿਆ ਵਾ। ਦੋ ਮੁੰਡੇ ਸੀਗੇ, ਉਹਨਾਂ ਨੇ ਬਾਈਕ 'ਚ ਟੇਪ ਨੰਬਰ ਪਲੇਟ ਨਹੀਂ ਸੀਗਾ ਅਤੇ ਮੂੰਹ ਕਵਰ ਕੀਤੇ ਹੋਏ ਸੀਗੇ, ਫੇਸ ਕਵਰ ਕੀਤਾ ਹੋਇਆ ਸੀ ਉਹਨਾਂ ਨੇ ਆਪਣਾ। ਉਹਦੇ 'ਚ ਇੱਕ ਦੋ ਫੋਨ ਸੀਗਾ, ਇੱਕ ਆਈਫੋਨ ਸੀਗਾ 60-70 ਹਜ਼ਾਰ ਦਾ ਅਤੇ ਇੱਕ ਸੈਮਸੰਗ ਦਾ ਫੋਨ ਸੀਗਾ, ਡਾਕੂਮੈਂਟ ਸੀਗੇ ਆਧਾਰ ਕਾਰਡ ਵੋਟਰ ਕਾਰਡ ਅਤੇ 2-3 ਹਜ਼ਾਰ ਰੁਪਏ ਸੀਗੇ। ਇਹ 24 ਤਰੀਕ ਬੁੱਧਵਾਰ ਦੀ ਗੱਲ ਹੈ। ਹਾਂ, ਅਸੀਂ ਰੋਜ਼ ਉਹਨਾਂ ਨੂੰ ਫੋਨ ਕਰ, ਸਾਨੂੰ ਇੱਦਾਂ ਹੀ ਘੁਮਾਈ ਜਾ ਰਹੇ ਆ। ਹਾਂਜੀ ਹਾਂਜੀ, ਬਸੰਤ ਪਾਰਕ। ਉਹਨਾਂ ਨੇ ਸਾਨੂੰ ਪਹਿਲੇ ਦਿਨ ਤਾਂ ਲਿਖਤੀ ਸੀਗੀ, ਫਿਰ ਅਗਲੇ ਦਿਨ ਸਾਨੂੰ ਬਸ ਇੱਦਾਂ ਹੀ ਕਿਹਾ ਸੀਗਾ ਤੁਸੀਂ ਰਿਪੋਰਟ ਨਾ ਲਿਖਾਓ, ਤੁਹਾਨੂੰ ਪਤਾ ਨਹੀਂ ਚੱਕਰ ਹੋ ਗਿਆ। ਹਾਂ, DDR ਲਿਖਾ ਦਿਓ ਅਤੇ ਫਿਰ ਉਹਨਾਂ ਨੇ ਸਾਡੀ ਲਿਖੀ ਤਾਂ ਸੀਗੀ ਇੱਕ FIR, ਪਰ ਸਾਨੂੰ ਕਾਪੀ ਵਗੈਰਾ ਕੁਛ ਨਹੀਂ ਦਿੱਤੀ ਅਤੇ ਬਸ ਆਹੀ FIR ਕਾਪੀ ਵਗੈਰਾ ਕੁਛ ਨਹੀਂ ਦਿੱਤੀ। ਹਾਂਜੀ, ਅਤੇ ਹਾਂਜੀ ਉਹਨਾਂ ਨੇ ਇੱਦਾਂ ਹੀ ਕਿਹਾ ਸਾਨੂੰ ਕਿ ਤੁਹਾਡਾ ਪਰਸ ਇੱਦਾਂ ਲਿਖਾਉਣਾ ਵਾ ਕਿ ਡਿੱਗ ਗਿਆ ਵਾ। ਹਾਂ, ਉੱਧਰ ਕਿਸੇ ਇੱਕ ਪੁਲਿਸ ਜਿਹਨੇ ਸਾਡੀ ਰਿਪੋਰਟ ਲਿਖੀ ਸੀ ਪਹਿਲਾਂ ਦਿਨ, ਉਹਨੇ ਅਸੀਂ ਇੱਧਰ ਸ਼ਿਮਲਾਪੁਰੀ ਥਾਣਾ। ਹਾਂ, ਉਹਨਾਂ ਨੇ ਉੱਥੇ ਕਾਲ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਕੋਈ ਨਾ ਤੁਹਾਡਾ ਮਤਲਬ ਹੋ ਜੂਗਾ, ਮਸਲਾ ਹੱਲ ਹੋ ਜੂਗਾ।